ਗੁਰਪ੍ਰੀਤ ਜੀ, ਕੀ ਇਹਨੂੰ ਕਿਸ ਕਿਹੜੀ ਚੀਜ਼ ਤੁਸੀਂ ਮਨੇਚਰ 'ਚ ਬਣਾਇਆ ਔਰ ਕਿਹੜੀ ਕਿਹੜੀ ਚੀਜ਼ ਦੀ ਵਰਤੋਂ ਕੀਤੀ ਗਈ ਹੈ? ਬਿਲਕੁਲ ਜੀ, ਇਹ ਪੇਪਰ ਆਰਟ ਦੇ ਨਾਲ ਮੈਂ ਇੱਕ ਕਟ ਆਊਟ ਜੋੜ ਕੇ ਇੱਕ ਮਾਡਲ ਤਿਆਰ ਕੀਤਾ ਜਿਹੜਾ ਕਿ ਮਹਿਲਾਵਾਂ ਦੇ ਪ੍ਰਤੀ ਵੱਧ ਰਹੀ ਹਿੰਸਾ ਅਤੇ ਅੱਤਿਆਚਾਰਾਂ ਨੂੰ ਦਰਸਾਉਂਦਾ ਹੈ, ਜਿਹੜਾ ਕਿ ਬੀਤੇ ਦਿਨੀ ਇੰਨੇ ਸਾਰੇ ਜੋ ਰੇਪ ਭਾਰਤ ਦੇ ਵਿੱਚ ਵੱਖ ਵੱਖ ਥਾਵਾਂ 'ਤੇ ਦੇਖਣ ਨੂੰ ਮਿਲੇ ਆ, ਉਹਨਾਂ ਦੇ ਅਗੇਂਸਟ ਉਹਨਾਂ ਨੂੰ ਜਿਹੜਾ ਭਾਜੀ ਭੰਡਾਰੀ ਪੁੱਲ ਦੇ ਜਾਮ ਲੱਗਿਆ, ਬਸ ਆ ਰਿਹਾ ਬਿਲਕੁਲ ਜੀ। ਇਹਦੇ ਵਿੱਚ ਮੈਂ ਪੇਪਰ ਦੇ ਨਾਲ ਇਹ ਮਾਡਲ ਤਿਆਰ ਕੀਤਾ, ਸਾਰੇ ਕਟਆਊਟਸ ਨੇ, ਇਹਨਾਂ ਨੂੰ ਜੋੜ ਕੇ ਮੈਂ ਸਮੁੱਚੇ ਭਾਰਤ ਦੇ ਵਿੱਚ ਇਹੀ ਸੰਦੇਸ਼ ਦੇਣਾ ਚਾਹੂੰਗਾ ਕਿ ਸਭ ਲੋਕਾਂ ਨੂੰ ਜਾਗਰੂਕ ਹੋਣਾ ਚਾਹੀਦਾ ਅਤੇ ਪੁਲਿਸ ਪ੍ਰਸ਼ਾਸਨ ਅਤੇ ਮਾਨਯੋਗ ਸੁਪਰੀਮ ਕੋਰਟ ਨੂੰ ਕੁਛ ਐਸੇ ਕਦਮ ਸਖ਼ਤ ਉਠਾਉਣੇ ਚਾਹੀਦੇ ਨੇ ਕਿ ਰੇਪ ਕਰਨਾ ਤਾਂ ਦੂਰ, ਇਸ ਪਾਸੇ ਸੋਚਣ ਤੋਂ ਪਹਿਲਾਂ ਵੀ ਜੋ ਰੇਪਿਸਟ ਹੈ 100 ਵਾਰੀ ਸੋਚੇ ਕੋਈ ਵੀ ਮਨੁੱਖ ਕਿ ਮੈਂ ਇਸ ਤਰ੍ਹਾਂ ਦੀ ਹਰਕਤ ਕਰੂੰਗਾ ਕਿ ਮੈਨੂੰ ਕਿਸ ਤਰ੍ਹਾਂ ਦੀ ਸਜ਼ਾ ਮਿਲੇਗੀ। ਕੀ ਕੀ ਦਰਸਾਇਆ ਗਿਆ? ਇਹਦੇ ਵਿੱਚ ਜੋ ਔਰਤ ਹੈ ਉਸ ਦੇ ਨਾਲ ਹੋਏ ਜਾ ਰਹੇ ਜੋ ਜ਼ੁਲਮ ਹੈ ਉਹਨਾਂ ਨੂੰ ਦਰਸਾਇਆ ਗਿਆ ਅਤੇ ਇਹ ਨਾਰੀ ਆਪਣੀ ਸੁਰੱਖਿਆ ਦੀ ਮੰਗ ਕਰਦੀ ਦਰਸਾਈ ਗਈ ਹੈ ਕਿ ਮੇਰੀ ਸੁਰੱਖਿਆ ਬਹੁਤ ਜ਼ਰੂਰੀ ਹੈ ਅਤੇ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ, ਕਿਉਂਕਿ ਭਾਰਤ ਦੇ ਵਿੱਚ ਇਹ ਇੱਕ ਹੀ ਕੇਸ ਨਹੀਂ, ਕਿਉਂਕਿ ਪ੍ਰਿਯੰਕਾ ਦੇ ਜੋ ਦੋਖੀ ਸਨ ਜੇ 4 ਲੋਕ ਜਿਹੜੇ ਕਿ ਰੇਪਿਸਟ ਸਨ ਉਹਨਾਂ ਨੂੰ ਹਾਲਾਂਕਿ ਪੁਲਿਸ ਨੇ ਐਨਕਾਊਂਟਰ ਦੇ ਵਿੱਚ ਮਾਰ ਗਿਰਾਇਆ, ਲੇਕਿਨ ਕਿਤੇ ਨਾ ਕਿਤੇ ਹਜ਼ਾਰਾਂ ਇਸੇ ਤਰ੍ਹਾਂ ਦੀਆਂ ਪ੍ਰਿਯੰਕਾ ਰੈਡੀ ਭਾਰਤ ਦੇ ਵਿੱਚ ਅਜੇ ਵੀ ਇਨਸਾਫ਼ ਦੀ ਉਡੀਕ ਦੇ ਵਿੱਚ ਬੈਠੀਆਂ ਨੇ, ਉਹਨਾਂ ਲਈ ਵੀ ਸਖ਼ਤ ਕਦਮ ਉਠਾਏ ਜਾਣ ਅਤੇ ਉਹਨਾਂ ਨੂੰ ਵੀ ਬਣਦੀ ਸਜ਼ਾ ਦਿੱਤੀ ਜਾਵੇ।